दर्शन
ਪੇ
ਤਨ ਸੋ ਤੇਰਾ
ਸਾਧ ਸੰਗਤ ਜੀ ਸਰਬ ਉਪਮਾ ਯੋਗ ਸੰਤ ਬਾਬਾ ਮਾਨ ਸਿੰਘ ਜੀ ਦੇ ਮਹਾਨ ਜੀਵਨ ਨੂੰ ਯਾਦ ਕਰਦੇ ਹਾਂ। ਅਸੀਂ ਇੱਕ ਕਵਿਤਾ ਦੀ ਹਾਜ਼ਰੀ ਲਾਉਣ ਜਾ ਰਹੇ ਹਾਂ, ਸੋ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਲੱਗੇ ਮੈਨੂੰ ਇੰਜ ਜਿਵੇਂ ਟੁੱਟ
ਵਾਹਿਗੁਰੂ ਜੀ, ਵਾਹਿਗੁਰੂ।
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਕਰਮ ਸਿੰਘ ਅਕੈਡਮੀ ਦੇ ਵਿਦਿਆਰਥੀ ਜਿਨ੍ਹਾਂ ਨੇ ਬਹੁਤ ਸ਼ਰਧਾ ਦੇ ਨਾਲ ਮਹਾਂਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਹ ਅਕੈਡਮੀ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਨੇ ਸਥਾਪਿਤ ਕੀਤੀ। ਅਕਸਰ ਕਰ ਅਕੈਡਮੀ 'ਚ ਜਾਇਆ ਕਰਦੇ ਸਨ, ਬੱਚਿਆਂ ਨੂੰ ਵੀ ਬੁਲਾ ਲੈਂਦੇ ਸੀ, ਬੱਚਿਆਂ ਨੂੰ ਚੰਗੀ ਸੇਧ ਦੇਣੀ ਗੁਰਬਾਣੀ ਬਾਰੇ ਅਤੇ ਐਜੂਕੇਸ਼ਨ ਬਾਰੇ। ਆਪ ਪੜ੍ਹੇ ਲਿਖੇ ਸੀ, ਜਦੋਂ ਵੀ ਕੋਈ ਸਵਾਲ ਕਰਨਾ ਟੀਚਰਾਂ ਨੂੰ ਵੀ ਉੱਤਰ ਨਹੀਂ ਸੀ ਆਇਆ ਕਰਦਾ। ਇੰਨਾ ਉਹਨਾਂ ਦਾ ਪੜ੍ਹਾਈ ਵਿੱਚ ਇੰਨੇ ਮਹਾਨ ਸਨ ਅਤੇ ਉਹਨਾਂ ਵਜੋਂ ਇਹ ਸਥਾਪਿਤ ਕੀਤੀ ਅਕੈਡਮੀ। ਕਿਸ ਪਾਸੇ ਵੱਲ ਬਾਬਾ ਜੀ ਦਾ ਨਾਂ ਲਈਏ, ਵਿੱਦਿਆ ਵਾਲੇ ਪਾਸੇ ਜਾਂ ਲੰਗਰਾਂ ਵਾਲੇ ਪਾਸੇ ਜਾਂ ਗੁਰੂ ਘਰ ਵਾਲੇ ਜਾਂ ਪ੍ਰਚਾਰ ਵਾਲੇ ਪਾਸੇ, ਸਾਰੇ ਪਾਸੇ ਮਹਾਨ ਹੈ। ਆਓ ਸਾਡੇ ਪਾਸ ਸੰਤ ਬਾਬਾ ਤਾਰ ਸਿੰਘ ਜੀ ਹੈੱਡ ਦਰਬਾਰ ਸਾਹਿਬ ਵਾਲੇ ਪਹੁੰਚੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਧੰਨਵਾਦ। ਸੰਤ ਬਾਬਾ ਮੋਹਨ ਸਿੰਘ ਲੰਗਰ ਵਾਲੇ ਮਹਾਂਪੁਰਸ਼ਾਂ ਵੱਲੋਂ। ਆਓ ਇਸੇ ਤਰ੍ਹਾਂ ਭਾਈ ਕਾਰਜ ਸਿੰਘ ਦੰਬਦੀ ਟਕਸਾਲ ਦੇ ਸੰਤ ਬਾਬਾ ਠਾਕਰ ਸਿੰਘ ਮਹਾਂਪੁਰਸ਼, ਉਹਨਾਂ ਨਾਲ ਆਇਆ ਕਰਦੇ ਸਨ ਅਤੇ ਆ ਕੇ ਅਤੇ ਬਾਬਾ ਜੀ ਦੋ ਮਿੰਟ ਬਹਿ ਜਾਓ। ਬਾਬਾ ਅਰਜਨ ਸਿੰਘ 5 ਮਿੰਟ ਵਾਸਤੇ ਨਿਹਾਲ ਕਰਨਗੇ, ਉਹਨਾਂ ਤੋਂ ਬਾਅਦ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗਾ ਕਿ ਹਜ਼ੂਰੀ ਰਾਗੀ ਜਥਾ ਆਪਾਂ ਨੂੰ ਹਰਿਮੰਦਰ ਸਾਹਿਬ ਦਾ ਸਤਿਕਾਰ, ਇਹ ਬੜੇ ਮਹਾਂਪੁਰਸ਼ਾਂ ਦੇ ਪਿਆਰ ਵਾਲੇ ਨੇ। ਬਾਬਾ ਜੀ ਇਹਨਾਂ ਕੋਲੋਂ ਸ਼ਬਦ ਸੁਣਿਆ ਕਰਦੇ ਸੀ, ਜਿਹੜੇ ਸ਼ਬਦ ਮੈਂ ਭਾਈ ਕਾਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਕਾਰਜ ਸ਼ਬਦ ਬਾਬਾ ਜੀ ਸੁਣਿਆ ਕਰਦੇ ਸੀ ਉਹੀ ਸ਼ਬਦ ਤੁਸੀਂ ਅੱਜ ਇੱਥੇ ਸਟੇਜ 'ਤੇ ਸੁਣਾਉਣੇ। ਸਾਰਿਆਂ ਮਹਾਂਪੁਰਸ਼ਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰਿਆਂ ਦਾ ਭਾਈ ਆਦਰ ਸਤਿਕਾਰ ਹੈ, ਬਹੁਤ ਸਤਿਕਾਰ ਹੈ, ਅਸੀਂ ਤੁਹਾਡੇ ਚਰਨਾਂ 'ਚ ਆਪਣਾ ਸੀਸ ਰੱਖਦੇ ਹਾਂ। ਤੁਸੀਂ ਮਹਾਂਪੁਰਸ਼ਾਂ ਦੀ ਯਾਦ 'ਤੇ ਪਹੁੰਚੇ ਹੋ ਅਤੇ ਥੋੜ੍ਹਾ ਆਪਾਂ ਕੀਰਤਨ ਸੁਣ ਕੇ ਫਿਰ ਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਪੋਸੀ ਭੀ ਸਚ ਜੁਗ ਜੁਗ ਅਟਲ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਵਿੱਤਰ ਗੋਚ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਸਾਰੇ ਸੰਤ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ, ਜਿਨ੍ਹਾਂ ਦੀ ਮਿੱਠੀ ਨਿੱਘੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਕੱਤਰ ਹੋਏ ਹਾਂ। ਸੋ ਜਿੰਨੀਆਂ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਈਆਂ ਨੇ, ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿੰਨੇ ਵੀ ਇੱਥੇ ਦੇ ਬੇਹੰਗਮ ਨੇ, ਬਾਈ ਜੀ ਬਾਈ ਸੁਰਜਨ ਸਿੰਘ ਜੀ ਸਾਡੇ ਕੋਲ, ਇਕਬਾਲ ਸਿੰਘ ਜੀ ਬੈਠੇ ਨੇ, ਜਰਨੈਲ ਸਿੰਘ ਜੀ ਗੜੀ ਸਾਹਿਬ, ਹੋਰ ਜਿੰਨੇ ਵੀ ਬੇਹੰਗਮ ਨੇ, ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ, ਜਿਨ੍ਹਾਂ ਨੇ ਤਕਰੀਬਨ 6 ਮਹੀਨੇ ਦੇ ਵਿੱਚ ਇਹ ਬਿਲਡਿੰਗ ਨੂੰ ਤਿਆਰ ਕਰ ਦਿੱਤਾ ਹੈ ਅਤੇ ਅੱਜ ਉਸੇ ਬਿਲਡਿੰਗ ਦੇ ਥੱਲੇ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ, ਜਿਨ੍ਹਾਂ ਦੀ
ਮਿੱਠੀ ਨਿੱਕੀ ਯਾਰ ਨੂੰ ਤਾਜ਼ਾ ਕੀਤਾ ਜਾ ਰਿਹਾ। ਅੱਜ ਉਹਨਾਂ ਦਾ ਸਰੀਰ ਜਲ ਪ੍ਰਵਾਹ ਕੀਤਾ ਗਿਆ ਸੀ। ਸੋ ਉਹ ਮਹਾਂਪੁਰਖ ਮੇਰੇ ਗੁਰੂ ਜੀ ਜਿਨ੍ਹਾਂ ਨੇ 2008 ਦੇ ਵਿੱਚ ਦਾਸ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾਇਆ ਸੀ। ਮੇਰੇ ਕੋਲ ਕੋਈ ਇਹੋ ਜਿਹੇ ਸ਼ਬਦ ਨਹੀਂ ਮੈਂ ਉਹਨਾਂ ਦੇ ਮੈਂ ਕੋਈ ਵਡਿਆਈ ਕਰ ਸਕਾਂ ਜਾਂ ਮੈਂ ਕੁਛ ਬੋਲ ਸਕਾਂ। ਅਤੇ ਸਾਧ ਸੰਗਤ ਜੋ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਸਾਡੇ ਕੋਲ ਸਤਿਕਾਰਯੋਗ ਸਿੰਘ ਸਾਹਿਬ ਭਾਈ ਕਾਰ ਸਿੰਘ ਜੀ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੀ ਜਿੱਤਾ ਜੋ ਚੇਚੇ ਤੌਰ 'ਤੇ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਨੇ। ਸੋ ਸਾਧ ਸੰਗਤ ਜੋ ਦਿੱਲੀ ਦੇ ਵਿੱਚ ਅਸੀਂ ਇਕੱਠੇ ਸੀ, ਸਾਧ ਸੰਗਤ ਜੀ ਉਹ ਸਾਡਾ ਗ੍ਰੰਥੀ ਸਾਹਿਬਾਨਾਂ ਦਾ ਸਤਿਕਾਰ ਬਹੁਤ ਕਰਦਾ ਜਾ ਰਿਹਾ, ਰਾਗੀ ਸਾਹਿਬਾਨਾਂ ਦਾ ਸਤਿਕਾਰ ਬਹੁਤ ਕਰਦਾ ਜਾ ਰਿਹਾ, ਮਹਾਂਪੁਰਖਾਂ ਦਾ ਸਤਿਕਾਰ ਬਹੁਤ ਕਰਦਾ ਜਾ ਰਿਹਾ। ਸੋ ਮੈਂ ਸੰਗਤ ਨੂੰ ਬੇਨਤੀ ਕਰਾਂ ਕਿ ਗ੍ਰੰਥੀ ਬਣ ਕੇ ਕੋਈ ਰਾਜੀ ਨਹੀਂ, ਪਿੰਡਾਂ ਦੇ ਵਿੱਚ ਆਪ ਝਾਤੀ ਮਾਰ ਲਓ, ਕੋਈ ਗ੍ਰੰਥੀ ਬਣ ਕੇ ਰਾਜੀ ਨਹੀਂ, ਕੋਈ ਰਾਗੀ ਬਣ ਕੇ ਰਾਜੀ ਨਹੀਂ। ਜਿਹੜੇ ਚੰਗੇ ਚੰਗੇ ਰਾਗੀ ਸਾਹਿਬਾਨ ਨੇ ਉਹ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ। ਕਿਉਂ ਜਾ ਰਹੇ ਨੇ? ਕਿਉਂਕਿ ਉਹਨਾਂ ਦਾ ਸਤਿਕਾਰ ਬਹੁਤ ਕਰਦਾ ਜਾ ਰਿਹਾ। ਸੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਆ ਅਕੈਡਮੀ ਦੇ ਬੱਚੇ ਕਿੰਨਾ ਸੋਹਣਾ ਕੀਰਤਨ ਕਰ ਰਹੇ ਸਨ, ਸੋ ਇਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਆਪਾਂ ਬੱਚਿਆਂ ਨੂੰ ਚੰਗੀ ਵਿੱਦਿਆ ਦੇਈਏ ਅਤੇ ਆਪਾਂ ਗੁਰੂ ਪੰਥ ਦੇ ਨਾਲ ਜੋੜੀਏ। ਸੋ ਮੈਂ ਯਾਦੇ ਸਮਾਂ ਨਾ ਲੈਂਦਾ ਹੋਇਆ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਡੇਰਾ ਬਾਬਾ ਰਬ ਜੀ ਸਥਾਨ 'ਤੇ 28 ਸਤੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜੋ ਬਾਬਾ ਮਾਨ ਸਿੰਘ ਭੇਵ ਵਾਲੇ ਨਿੰਮ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਕਬੱਡੀ ਦਾ ਟੂਰਨਾਮੈਂਟ ਕਰਾਇਆ ਸੀ। ਅਤੇ ਸਾਧ ਸੰਗਤ ਜੀ ਉਹ 28 ਸਤੰਬਰ ਨੂੰ ਕਬੱਡੀ ਦਾ ਟੂਰਨਾਮੈਂਟ ਡੇਰਾ ਬਾਬਾ ਰਬ ਜੀ ਸਥਾਨ ਪਿੰਡ ਆਲਮਪੁਰ ਦੇ ਵਿੱਚ ਹੋਣ ਜਾ ਰਿਹਾ ਹੈ, 29 ਸਤੰਬਰ ਨੂੰ ਗੱਤਕਾ ਮੁਕਾਬਲਾ ਅਤੇ 30 ਸਤੰਬਰ ਨੂੰ ਦਸਤਾਰ ਮੁਕਾਬਲਾ ਇਹ ਹੋਣ ਜਾ ਰਿਹਾ ਹੈ। 24 ਸਤੰਬਰ ਤੋਂ 30 ਸਤੰਬਰ ਤੱਕ ਡੇਰਾ ਬਾਬਾ ਰਬ ਜੀ ਸਥਾਨ ਅਤੇ ਧੰਨ ਧੰਨ ਬਾਬਾ ਰਬ ਜੀ ਧੰਨ ਧੰਨ ਬਾਬਾ ਹਰਭਜਨ ਦਾਸ ਜੀ ਸਲਾਨਾ ਬਰਸੀ ਦੇ ਜੋੜ ਮੇਲੇ ਮਨਾਏ ਜਾਂਦੇ ਨੇ। ਸੋ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਵੀ ਇਸ ਵਾਰ ਹਾਜ਼ਰੀ ਭਰ ਕੇ ਗਏ ਨੇ। ਸੋ ਬਾਬਾ ਸੁਰਜਨ ਸਿੰਘ ਵੀ ਸਾਰੇ ਬਿਹੰਗਮ ਉੱਤੇ ਆਏ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਬੱਡੀ ਟੂਰਨਾਮੈਂਟ 'ਤੇ ਸਾਰਿਆਂ ਨੇ ਪਹੁੰਚਣਾ। ਸਾਡੇ ਸਤਿਕਾਰਯੋਗ ਸ਼ੰਕਰਪੁਰ ਤੋਂ ਗੁਰਨਾਮ ਸਿੰਘ ਜੀ ਉਹ ਵੀ ਉਚੇਚੇ ਤੌਰ 'ਤੇ ਪਹੁੰਚੇ ਨੇ। ਸੋ ਉੱਧਰ ਦੇ ਇਲਾਕੇ ਦੇ ਵੀ ਸਾਰੇ ਆਏ ਨੇ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਇਸੇ ਤਰ੍ਹਾਂ ਹੀ ਸਾਰੀ ਸੰਗਤ ਨੇ ਜੁੜ ਕੇ ਰਹਿਣਾ। ਆਓ ਇੱਕ ਪਲ ਜਪ ਲਈਏ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੀ ਹਾਜ਼ਰੀ ਪ੍ਰਵਾਨ ਕਰਨੀ, ਸੋ ਆਈਆਂ ਸੰਗਤਾਂ ਦਾ, ਆਇਮਾ ਪੁਰਖਾਂ ਦਾ ਕੋਟਾਨਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਰਜਨ ਸਿੰਘ ਜੀ, ਆਲਮਪੁਰ ਵਾਲੇ, ਬਾਬਾ ਰੱਬ ਜੀ ਦੇ ਡੇਰੇ ਤੋਂ ਆਏ ਨੇ। ਇਹ ਪਹਿਲਾਂ ਅੰਮ੍ਰਿਤਧਾਰੀ ਨਹੀਂ ਸਨ, ਬਾਬਾ ਜੀ ਦੇ ਸੰਪਰਕ 'ਚ ਆਏ। ਇਹਨਾਂ ਦਾ ਉਦਾਸੀ ਮਤ ਨਾਲ ਸੰਬੰਧ ਸੀ ਭਾਵੇਂ, ਪਰ ਮਹਾਂਪੁਰਸ਼ਾਂ ਦੇ ਜਦੋਂ ਸੰਪਰਕ 'ਚ ਆਏ, ਬਾਬਾ ਜੀ ਨੇ ਕਿਹਾ ਤੁਸੀਂ ਅੰਮ੍ਰਿਤ ਛਕੋ, ਅਤੇ ਇਹਨਾਂ ਨੇ ਫਿਰ ਪੰਜਾਂ ਪਿਆਰਿਆਂ ਤੋਂ ਬਾਬਾ ਜੀ ਦਾ ਹੁਕਮ ਮੰਨ ਕੇ ਅੰਮ੍ਰਿਤ ਛਕਿਆ। ਅੱਜ ਬੜੀ ਚੜ੍ਹਦੀ ਕਲਾ ਹੈ, ਬਹੁਤ ਸਤਿਕਾਰ ਹੈ ਇਹਨਾਂ ਦਾ, ਸਾਰੇ ਵਰਲਡ ਦੇ ਵਿੱਚ ਵਧੀਆ ਸਤਿਕਾਰ ਹੈ। ਬਹੁਤ ਜੀ ਆਇਆਂ ਨੂੰ ਬਾਬਾ ਜੀ ਧੰਨਵਾਦ, ਸਾਰਿਆਂ ਮਹਾਂਪੁਰਸ਼ਾਂ ਦਾ ਜੀ ਆਇਆਂ ਨੂੰ ਧੰਨਵਾਦ। ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗਾ, ਹਜ਼ੂਰੀ ਰਾਗੀ ਜਥਾ ਸ਼੍ਰੀ ਹਰਿਮੰਦਰ ਸਾਹਿਬ ਤੋਂ ਭਾਈ ਕਾਰ ਸਿੰਘ ਪਹੁੰਚੇ ਨੇ, ਉਹਨਾਂ ਦਾ ਟਾਈਮ ਹੈ 40 ਮਿੰਟ ਵਾਸਤੇ, ਉਹ ਭਾਈ ਗੁਰਸ਼ਬਦ ਦੀ ਸੇਵਾ ਕਰਨਗੇ। ਬੜਾ ਬਾਬਾ ਜੀ ਨਾਲ ਪਿਆਰ ਸੀ, ਇੱਥੇ ਗੱਡੀ ਲੈ ਕੇ ਆਇਆ ਕਰਦੇ ਸਨ ਜਦੋਂ ਨਗਰ ਕੀਰਤਨ ਕੱਢਣਾ ਅਨੰਦਪੁਰ ਸਾਹਿਬ ਦਿੱਲੀ, ਇਹ ਬਾਬਾ ਠਾਕਰ ਸਿੰਘ ਨਾਲ ਆਇਆ ਕਰਦਾ ਸੀ। ਬਾਬਾ ਜੀ ਨੇ ਇਹਨਾਂ ਪਾਸੋਂ ਸ਼ਬਦ ਸੁਣਨੇ, ਕਹਿੰਦੇ ਭਾਈ ਕਾਰ ਸਿੰਘ ਜੀ ਇਹ ਸ਼ਬਦ ਸੁਣਾਓ, ਭਾਈ ਕਾਰ ਸਿੰਘ ਜੀ ਆਹ ਸ਼ਬਦ ਸੁਣਾਓ। ਮੈਨੂੰ ਯਾਦ ਹੈ ਬਾਬਾ ਨੇ ਸੁਣਨਾ, ਜੋ ਤੋ ਪ੍ਰੇਮ ਖਿਲਣ ਕਾ ਛਾਓ, ਸਿਰ ਧਰ ਤੜੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤੇਰੀ ਜੇ। ਬਹੁਤ ਰੰਗ ਬੰਨਦੇ ਸੀ, ਬੜਾ ਪਿਆਰਾ ਕੀਰਤਨ ਕਰਦੇ। ਤੁਸੀਂ ਇਹਨਾਂ ਨੂੰ ਅਕਸਰਕਾਰ ਟੀਵੀ 'ਤੇ ਵੇਖਿਆ ਹੋਣਾ, ਸੁਣਿਆ ਹੋਣਾ, ਬਹੁਤ ਪਿਆਰੀ ਆਵਾਜ਼ ਹੈ, ਮਿੱਠੀ ਆਵਾਜ਼ ਹੈ। ਸਾਰੇ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਕਿ ਆਓ, ਹਰਿਮੰਦਰ ਸਾਹਿਬ ਦਾ ਸਤਿਕਾਰ ਕਰਦਿਆਂ ਹੋਇਆਂ, ਸਾਡਾ ਧੁਰਾ ਹੈ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਤੋਂ ਇਹ ਪਹੁੰਚੇ ਨੇ, ਅਤੇ ਆਪਾਂ ਸਾਰੇ ਹੀ ਜਕਾਰੇ ਨਾਲ ਇਹਨਾਂ ਦਾ ਸਤਿਕਾਰ ਕਰੀਏ। ਬੋਲੇ ਸੋ ਨਿਹਾ, ਆਓ ਇਹਨਾਂ ਦੇ ਪਾਸੋਂ 40 ਮਿੰਟ ਵਾਸਤੇ ਗੁਰਸ਼ਬਦ ਦੀ ਸੇਵਾ ਕਰਨਗੇ, ਬਹੁਤ ਸਾਡੇ ਪਿਆਰ ਵਾਲੇ ਨੇ। ਕਹਿੰਦੇ ਸਨ, ਕਹਿੰਦੇ ਬਾਬਾ ਜੀ ਨੂੰ ਬਸ ਮਿਲਦੇ